ਪਰ ਜਦੋਂ ਵੀ ਕੋਈ ਗ੍ਰਾਹਕ ਆਉਂਦਾ ਸੀ ਤਾਂ ਉਸ ਨੂੰ ਸ਼ਟਰ ਖੋਲ ਕੇ ਸ਼ਰਾਬ ਦਿੱਤੀ ਜਾ ਰਹੀ ਸੀ। ਤੁਸੀਂ ਵੀ ਦੇਖੋ ਲੁਧਿਆਣੇ ਦਾ ਇਹ ਨਜ਼ਾਰਾ। ਹਾਲਾਂਕਿ ਦਿਖਾਵੇ ਲਈ ਆਬਕਾਰੀ ਵਿਭਾਗ ਦੇ ਅਧਿਕਾਰੀ ਚੈਕਿੰਗ ਲਈ ਫੀਲਡ ਵਿਚ ਨਜ਼ਰ ਆਏ, ਪਰ ਤੁਸੀਂ ਵੀ ਦੇਖੋ ਜਦੋਂ ਇਨ੍ਹਾਂ ਤੋਂ ਬੰਦ ਠੇਕਿਆਂ ਦੇ ਬਾਵਜੂਦ ਵੇਚੀ ਜਾ ਰਹੀ ਸ਼ਰਾਬ ਦੇ ਬਾਰੇ ਪੁੱਛਿਆ ਗਿਆ ਤਾਂ ਆਬਕਾਰੀ ਅਧਿਕਾਰੀਆਂ ਦਾ ਕੀ ਜਵਾਬ ਸੀ? ਇਨ੍ਹਾਂ ਨੇ ਜਾ ਕੇ ਅੰਦਰ ਮੈਨੂੰ ਦੱਸਿਆ ਜੀ ਉਰੇ ਤੋਂ ਆਇਆ ਉਹ ਆਈ ਨਹੀਂ ਖੁੱਲੀ ਇਨ੍ਹਾਂ ਤੋਂ, ਸਾਡੇ ਕੋਲ ਤਾਂ ਰਿਕਾਰਡਿੰਗ ਆ, ਹੋਊਗੀ ਚੀਜ਼ ਉਹੀ ਦੇਖੂਗਾ ਮੈਂ। ਉਧਰ ਮੋਗਾ ਵਿਚ ਤਾਂ ਦਿਨ ਦਿਹਾੜੇ ਸ਼ਰੇਆਮ ਸ਼ਰਾਬ ਦੇ ਠੇਕੇਦਾਰਾਂ ਨੇ ਦੁਕਾਨਾਂ ਖੁੱਲੀਆਂ ਰੱਖ ਕੇ ਜੰਮ ਕੇ ਸ਼ਰਾਬ ਵੇਚੀ। ਇਸ ਬਾਰੇ ਵਿਚ ਜਦੋਂ ਠੇਕੇਦਾਰਾਂ ਦੇ ਕਰਿੰਦਿਆਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਠੇਕੇ ਬੰਦ ਕਰਨ ਦੇ ਆਦੇਸ਼ਾਂ ਤੋਂ ਅਨਭਿੱਗਤਾ ਜ਼ਾਹਰ ਕੀਤੀ। ਇਸ ਬਾਰੇ ਵਿਚ ਜਦੋਂ ਆਬਕਾਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੋ ਠੇਕੇ ਖੁੱਲੇ ਨੇ ਉਨ੍ਹਾਂ ਦੇ ਚਲਾਨ ਕੀਤੇ ਜਾ ਰਹੇ ਨੇ। ਚੈਕਿੰਗ ਦੀ ਟੀਮਾਂ ਬਣਾਈਆਂ ਹੋਈਆਂ ਜਿਹਦੇ ਵਿਚ ਸਾਰੇ ਸਾਈਜ਼ ਇੰਸਪੈਕਟਰ ਨੂੰ ਭੇਜਿਆ ਗਿਆ, ਚਾਰ ਟੀਮ ਅਸੀਂ ਤਿੰਨ ਟੀਮਾਂ ਇੰਸਪੈਕਟਰਾਂ ਦੀ ਬਣਾਈਆਂ ਤੇ ਉਹ ਚੈਕਿੰਗ ਕਰ ਰਹੇ, ਜਿੱਥੇ ਜਿੱਥੇ ਠੇਕੇ ਖੁੱਲੇ ਪਾਏ ਜਾਣਗੇ ਉਹਨਾਂ ਦਾ ਚਲਾਨ ਕੀਤੇ ਜਾਣਗੇ। ਹੁਣ ਤੱਕ ਜਿਹੜਾ ਠੇਕਾ ਮੋਗੇ ਦੇ ਵਿਚ ਖੁੱਲਾ ਪਾਇਆ ਗਿਆ ਸੀ ਹੁਣ ਉਹਦਾ ਚਲਾਨ ਜਿਹੜਾ ਸੀ ਉਹ ਕਰ ਦਿੱਤਾ। ਗੌਰਤਲਬ ਹੈ ਕਿ SGPC ਚੋਣਾਂ ਦੇ ਮੱਦੇਨਜ਼ਰ ਰਾਜ ਸਰਕਾਰ ਦੁਆਰਾ ਠੇਕਿਆਂ ਨੂੰ ਤਿੰਨ ਦਿਨ ਤੱਕ ਬੰਦ ਰੱਖਣ ਦੇ ਸਰਕਾਰੀ ਆਦੇਸ਼ ਦੇ ਖਿਲਾਫ ਸ਼ਰਾਬ ਦੇ ਠੇਕੇਦਾਰ ਹਾਈਕੋਰਟ ਦਾ ਵੀ ਦਰਵਾਜ਼ਾ ਖਟਖਟਾ ਚੁੱਕੇ ਨੇ, ਪਰ ਉਨ੍ਹਾਂ ਨੂੰ ਅਦਾਲਤ ਵੱਲੋਂ ਕੋਈ ਰਾਹਤ ਨਹੀਂ ਮਿਲੀ ਤੇ ਹੁਣ ਇਸ ਤਰੀਕੇ ਨਾਲ ਰਾਜ ਦੇ ਸਰਕਾਰੀ ਆਦੇਸ਼ਾਂ ਦੇ ਖਿਲਾਫ ਸ਼ਰਾਬ। ਦੇਣ ਦਾ ਤੈਅ ਹੋ ਗਿਆ ਤੇ ਜਦੋਂ ਇਹ ਪੱਤਰਕਾਰ ਉਸ ਮਹਿਲਾ ਸਰਪੰਚ ਤੋਂ ਦਸੀ ਥਾਂ ਤੇ ਪੈਸੇ ਲੈਣ ਲਈ ਆਏ ਤਾਂ 71 ਪਿੰਡ ਦੇ ਲੋਕਾਂ ਨੇ ਇਨ੍ਹਾਂ ਦੀ ਜੰਮ ਕੇ ਛਿੱਤਰ ਪਰੇਡ ਕੀਤੀ ਅਤੇ ਇੱਥੋਂ ਤੱਕ ਕਿ ਇਨ੍ਹਾਂ ਦੇ ਕੱਪੜੇ ਵੀ ਉਤਾਰ ਦਿੱਤੇ। ਮੌਕੇ ਤੇ ਮੌਜੂਦ ਲੋਕਾਂ ਨੇ ਘਟਨਾ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਕਿਹਾ ਕਿ ਅਜਿਹੇ ਅਖੌਤੀ ਲੋਕਾਂ ਨੂੰ ਸਬਕ ਮਿਲਣਾ ਚਾਹੀਦਾ ਏ ਕਿਉਂਕਿ ਇਹ ਲੋਕ ਚੰਗੇ ਅਕਸ ਵਾਲੇ ਪੱਤਰਕਾਰਾਂ ਦੀ ਛਵੀ ਵੀ ਖਰਾਬ ਕਰ ਰਹੇ ਨੇ। ਅਖੌਤੀ ਪੱਤਰਕਾਰ ਸੀ, ਇਹ ਸਾਡੇ ਪਿੰਡ ਦੀ ਸਰਪੰਚ ਲਖਵਿੰਦਰ ਕੌਰ ਨੂੰ ਬਹੁਤ ਪਰੇਸ਼ਾਨ ਕਰਦੇ ਸੀਗੇ ਜੀ, ਉਹਨਾਂ ਤੋਂ ਇਹ 10,000 ਰੁਪਇਆ ਰਿਸ਼ਵਤ ਦਾ ਮੰਗਦੇ ਸੀ, ਉਹਨਾਂ ਨੂੰ ਬਹੁਤ ਪਰੇਸ਼ਾਨ ਕਰਦੇ ਸੀ। ਅੱਜ ਇਹਨਾਂ ਨੇ 10,000 ਰੁਪਇਆ ਲੈਣ ਦਾ ਇੱਥੇ ਦਾ ਟਾਈਮ ਰੱਖਿਆ ਸੀ, ਪਿੰਡ ਦੇ ਲੋਕਾਂ ਨੇ ਪਬਲਿਕ ਨੇ ਇਕੱਠੇ ਹੋ ਕੇ ਇਹਨਾਂ ਨੂੰ ਇੱਥੇ ਫੜ ਕੇ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਕੋਈ ਸੁਣਦਾ ਨਹੀਂ, ਜਿਹੜਾ ਪ੍ਰਸ਼ਾਸਨ ਇਹ ਵੀ ਨਾਲ ਮਿਲ ਜਾਵੇ ਇਹਨਾਂ ਦੇ ਚੰਗੇ ਸਰਪੰਚ ਦੀ, ਚੰਗੇ ਪੱਤਰਕਾਰਾਂ ਦੀ। ਅਸੀਂ ਚਾਹੁੰਦੇ ਹਾਂ ਜੀ ਇਹਨਾਂ ਦੀ ਸਖ਼ਤ ਕਾਰਵਾਈ ਹੋਵੇ, ਕੋਈ ਹੋਰ ਫੜਿਆ ਜਾਵੇ ਉਹਦੀ ਵੀ ਹੋਵੇ। ਉਧਰ ਪੁਲਿਸ ਨੇ ਵੀ ਇਸ ਮਾਮਲੇ ਵਿਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਏ। ਜਾ ਕੇ ਅਸੀਂ ਪੜਤਾਲ ਕਰਾਂਗੇ, ਥਾਣੇ ਲਿਆ ਰਹੇ ਇਹਨਾਂ ਨੂੰ, ਅਸੀਂ ਪੜਤਾਲ ਕਰਾਂਗੇ, ਜੋ ਵੀ ਇਹਨਾਂ ਨੇ ਜੁਰਮ ਕੀਤਾ ਉਹਨੂੰ ਸਜ਼ਾ ਤੇ ਜਾਵਾਂਗੇ। ਇਹਨਾਂ ਦਾ ਤੈਅ ਹੈ ਕਿ ਇਹਨਾਂ ਨੂੰ ਦੇਖ ਕੇ ਹੋਰ ਪੱਤਰਕਾਰ ਆਪਣੇ ਰੁਤਬੇ ਦਾ ਗਲਤ ਇਸਤੇਮਾਲ ਕਰਨ ਤੋਂ। ਦੀ ਜਿੱਤ ਦਾ ਡੰਕਾ ਵਜਾਉਣਗੇ। ਚੋਣਾਂ ਵਿਚ ਅਕਾਲੀ ਦਲ ਦੀ ਜਿੱਤ ਦੀ ਖੁਸ਼ੀ ਵਿਚ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਵਿਚ ਰੱਖੇ ਗਏ ਪਾਠ ਦੇ ਭੋਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਚੰਦੂ ਮਾਜਰਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਪੰਥ ਨੇ ਦੱਸ ਦਿੱਤਾ ਹੈ ਕਿ ਉਹ ਅਕਾਲੀ ਦਲ ਦੇ ਨਾਲ ਹੈ। ਮਾਹੌਲ ਐਸਾ ਬਣਾਤਾ ਵੀ ਹੁਣ ਜਿਹੜੀ ਆਉਂਦੀ ਵਿਧਾਨ ਸਭਾ ਚੋਣ ਦੀ ਜਿੱਤ ਦੇ ਦਰਵਾਜ਼ੇ ਖੋਲਦੇ, ਜਿੱਤ ਦੇ ਆਸਾਰ ਬਣਾਤੇ, ਜਿਹਦੇ ਨਾਲ ਜਿਹੜਾ ਅਕਾਲੀ ਵਰਕਰਾਂ ਚ ਉਤਸ਼ਾਹ ਪੈਦਾ ਹੋਇਆ, ਅਕਾਲੀ ਵਰਕਰਾਂ ਦੇ ਵਿਚ ਰਿਵਾਜ਼ ਪੈਦਾ ਹੋਇਆ, ਗੌਰਤਲਬ ਹੈ ਕਿ SGPC ਚੋਣਾਂ ਵਿਚ ਪਟਿਆਲਾ ਵਿਚ ਪੰਥਕ ਮੋਰਚੇ ਦਾ ਸੁਪਨਾ ਸਾਫ਼ ਹੋ ਗਿਆ ਸੀ ਅਤੇ ਅਕਾਲੀ ਦਲ ਨੇ 10 ਸੀਟਾਂ ਉਤੇ ਜਿੱਤ ਦਰਜ ਕੀਤੀ ਹੈ। ਚੁਣੇ ਗਏ ਉਮੀਦਵਾਰਾਂ ਵਿਚੋਂ 5 ਉਮੀਦਵਾਰ 2004 ਦੀਆਂ ਚੋਣਾਂ ਵੀ ਜਿੱਤੇ ਸਨ ਅਤੇ ਇਸ ਵਾਰ ਫਿਰ ਉਨ੍ਹਾਂ ਨੇ ਆਪਣੀ ਜਿੱਤ ਦਾ ਝੰਡਾ ਗੱਡਿਆ ਏ। ਇਸ ਜਿੱਤ ਤੋਂ ਬਾਅਦ ਅਕਾਲੀ ਦਲ ਦੇ ਹੌਸਲੇ ਬੁਲੰਦ ਹੋ ਗਏ ਨੇ ਤੇ ਅਕਾਲੀ ਵਰਕਰ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿਚ।
ਹੁਸ਼ਿਆਰਪੁਰ ਤੇ ਜਲੰਧਰ ਥਾਣੇ ਦੇ ਮੁਨਸ਼ੀਆਂ ਨੂੰ ਪਾਸਪੋਰਟ ਦਫ਼ਤਰ ਚ ਟਾਟਾ ਕੰਸਲਟੈਂਸੀ ਸਰਵਿਸ ਦੇ ਕਰਮੀਆਂ ਨੇ ਸ਼ਨੀਵਾਰ ਨੂੰ ਪੁਲਿਸ ਇਨਕੁਆਇਰੀ ਰਿਪੋਰਟ ਭੇਜਣ ਸਬੰਧੀ ਟ੍ਰੇਨਿੰਗ ਦਿੱਤੀ। ਟ੍ਰੇਨਿੰਗ ਚ ਪੁਲਿਸ ਕਰਮੀਆਂ ਨੇ ਆਵੇਦਕ ਦੀ ਆਨਲਾਈਨ ਰਿਪੋਰਟ ਭੇਜਣੇ, ਸੇਫ ਤੇ ਰਿਪੋਰਟ ਪੈਂਡੈਂਸੀ ਦੀ ਜਾਣਕਾਰੀ ਹਾਸਲ ਕੀਤੀ। ਰੀਜਨਲ ਪਾਸਪੋਰਟ ਅਧਿਕਾਰੀ ਪਰਨੀਤ ਸਿੰਘ ਨੇ ਦਸਿਆ ਕਿ ਆਨਲਾਈਨ ਰਿਪੋਰਟ ਦੇ ਮਾਧਿਅਮ ਨਾਲ ਆਵੇਦਕ ਨੂੰ ਫਰੈਸ਼ ਪਾਸਪੋਰਟ 20 ਦਿਨਾਂ ਦੇ ਅੰਦਰ ਮਿਲੇਗਾ। ਇਸ ਟ੍ਰੇਨਿੰਗ ਦਾ ਮੁੱਖ ਮਕਸਦ ਇਹ ਹੈਗਾ ਕਿ ਜਿਹੜੀ ਪੁਲਿਸ ਰਿਪੋਰਟ ਹੈ ਉਹ ਆਨਲਾਈਨ ਇੱਥੋਂ ਡਿਸਟ੍ਰਿਕਟ ਪੁਲਿਸ ਹੈੱਡਕੁਆਰਟਰਸ ਦੇ ਵਿੱਚ ਜਾਵੇ ਤੇ ਆਨਲਾਈਨ ਉਹਦੀ ਪੁਲਿਸ ਵੈਰੀਫਿਕੇਸ਼ਨ ਆਵੇ। ਇਸ ਆਨਲਾਈਨ ਪੁਲਿਸ ਵੈਰੀਫਿਕੇਸ਼ਨ ਹੋਣ ਨਾਲ ਕਾਫੀ ਆਮ ਲੋਕਾਂ ਨੂੰ ਫਾਇਦਾ ਹੋਏਗਾ। ਇਹਦੇ ਵਿੱਚ ਇਹ ਹੋਏਗਾ ਕਿ ਇੱਕ ਜਿਹੜਾ ਸਮਾਂ ਪੁਲਿਸ ਰਿਪੋਰਟ ਹੋਣ ਦਾ, ਪੁਲਿਸ ਵੈਰੀਫਿਕੇਸ਼ਨ ਹੋਣ ਦਾ, ਉਹ ਬਹੁਤ ਘੱਟ ਜਾਏਗਾ। ਔਰ ਈਵਨ ਜਿਹੜੇ ਬਾਹਰ ਦੇ ਜਿਹੜੇ ਸਟੇਟਾਂ ਹੈਗੀਆਂ, ਜਿਹੜੇ ਡਿਸਟ੍ਰਿਕਟਸ ਹੈਗੇ ਆ, ਜਿੱਥੋਂ ਰਿਪੋਰਟਾਂ ਆਉਣ ਚ ਬਹੁਤ ਟਾਈਮ ਲੱਗਦਾ, ਬਿਕੋਜ਼ ਇਸ ਸਿਸਟਮ ਨਾਲ ਜਿਹੜਾ ਅਸੀਂ ਨਵਾਂ ਇੰਟਰੋਡਿਊਸ ਕਰਨ ਜਾ ਰਹੇ ਹਾਂ, ਇਹਦੇ ਵਿੱਚ ਆਨਲਾਈਨ ਸਾਰੇ ਜਿਹੜੇ ਜ਼ਿਲ੍ਹੇ ਆ, ਪੁਲਿਸ ਦੇ ਜ਼ਿਲ੍ਹੇ ਆ, ਬਾਹਰ ਦੀਆਂ ਸਟੇਟਾਂ ਦੇ ਸਾਰੇ ਆਪਸ ਚ ਜੁੜ ਜਾਣਗੇ, ਉਹ ਚ ਰਿਪੋਰਟ ਬਹੁਤ ਛੇਤੀ ਆ ਜਾਏਗੀ। ਪੁਲਿਸ ਰਿਪੋਰਟ ਜਿਹੜੀ ਗੁਆਚਣ ਦੀ ਕੋਈ ਪੋਸੀਬਿਲਿਟੀ ਨਹੀਂ ਰਹੇਗੀ, ਬੜੀ ਅਥੈਂਟਿਕ ਪੁਲਿਸ ਰਿਪੋਰਟ ਆਏਗੀ। ਔਰ ਇਹਦੇ ਨਾਲ ਇੱਕ ਜਿਹੜਾ ਹੋਰ ਬੜਾ ਫਾਇਦਾ ਹੋਏਗਾ ਕਿ ਜਿਸ ਦਿਨ ਪੁਲਿਸ ਰਿਪੋਰਟ ਆਏਗੀ, ਕਿਉਂਕਿ ਆਨਲਾਈਨ ਕੰਟੈਕਟਡ ਹੋਣ ਨਾਲ ਪਾਸਪੋਰਟ ਉਹਦਾ ਇਮੀਡੀਏਟਲੀ ਪ੍ਰਿੰਟ ਹੋਣ ਲਈ ਚਲੇ ਜਾਏਗਾ। ਇਸ ਤੋਂ ਪਹਿਲਾਂ ਜਾਰੀ ਪ੍ਰਕਿਰਿਆ ਚ ਥਾਣੇ ਵਿਚੋਂ ਮਿਲਣ ਵਾਲੀ ਪੁਲਿਸ ਰਿਪੋਰਟ ਆਵੇਦਕ ਦੇ ਕਈ ਕਾਲਮ ਖਾਲੀ ਰਹਿੰਦੇ ਸਨ, ਜਿਨ੍ਹਾਂ ਨੂੰ ਇਨਕੁਆਇਰੀ ਦੇ ਵੇਲੇ ਭਰਿਆ ਨਹੀਂ ਜਾਂਦਾ ਸੀ। ਇਨਕੁਆਇਰੀ ਦੇ ਲਈ ਪੀਪੀ ਫਾਰਮ ਭਰਨ ਦੇ ਲਈ ਆਵੇਦਕ ਦੇ ਦਸਤਾਵੇਜ਼ ਨਹੀਂ ਲਗਾਏ ਜਾਂਦੇ ਸਨ। ਆਨਲਾਈਨ ਸੁਵਿਧਾ ਦੇ ਦੌਰਾਨ ਫਾਰਮ ਚ ਆਵੇਦਕ ਦੇ ਦਸਤਾਵੇਜ਼ ਲੱਗਣਗੇ, ਖਾਲੀ ਛੱਡੇ ਗਏ ਕਾਲਮ ਨੂੰ ਭਰਿਆ ਜਾਵੇਗਾ। ਫਾਈਲ ਜਮ੍ਹਾਂ ਕਰਵਾਉਂਦੇ ਵੇਲੇ ਆਵੇਦਕ ਦਾ ਕੋਈ ਦਸਤਾਵੇਜ਼ ਘੱਟ ਹੁੰਦਾ ਹੈ ਤੇ ਆਵੇਦਕ ਨੂੰ ਦਸਤਾਵੇਜ਼ ਲਿਆਉਣ ਲਈ ਕਿਹਾ ਦਿੱਤਾ। ਰਹੇ ਜਿਸਮ ਫਰੋਸ਼ੀ ਦੇ ਅੱਡੇ ਤੇ ਰੰਗ ਰਲੀਆਂ ਮਨਾਉਣ ਆਏ 7 ਜਵਾਨਾਂ ਦੀ ਮੁਹੱਲਾ ਨਿਵਾਸੀਆਂ ਨੇ ਜੰਮ ਕੇ ਧੁਨਾਈ ਕੀਤੀ। ਦੀਪ ਸਿੰਘ ਨਗਰ ਦਾ ਜਿਸਮ ਫਰੋਸ਼ੀ ਦਾ ਇਹ ਅੱਡਾ ਪਿਛਲੇ 7 ਸਾਲਾਂ ਤੋਂ ਚੱਲ ਰਿਹਾ ਹੈ ਅਤੇ ਲੋਕ ਕਾਫੀ ਪਰੇਸ਼ਾਨ ਵੀ ਸਨ, ਪਰ ਐਤਵਾਰ ਨੂੰ ਮੁਹੱਲੇ ਦੇ ਲੋਕਾਂ ਨੇ ਇਸ ਅੱਡੇ ਦੇ ਖਿਲਾਫ ਮੋਰਚਾ ਖੋਲ ਦਿੱਤਾ। ਜਿੱਦਾਂ ਹੀ ਸੇਨਾ ਦੇ ਜਵਾਨ ਘਰ ਦੇ ਅੰਦਰ ਵੜੇ, ਲੋਕਾਂ ਨੇ ਇਸ ਘਰ ਨੂੰ ਘੇਰ ਲਿਆ। ਰੰਗ ਰਲੀਆਂ ਮਨਾਉਣ ਆਏ ਸੇਨਾ ਦੇ ਜਵਾਨਾਂ ਦੀ ਲੋਕਾਂ ਨੇ ਜੰਮ ਕੇ ਪਿਟਾਈ ਕੀਤੀ। ਮੁਹੱਲਾ ਨਿਵਾਸੀ ਹਰਮੀਤ ਸਿੰਘ ਦਾ ਕਹਿਣਾ ਹੈ ਕਿ ਇਸ ਅੱਡੇ ਤੋਂ ਲੋਕੀ ਕਾਫੀ ਪਰੇਸ਼ਾਨ ਸਨ, ਪਰ ਹੁਣ ਮੁਹੱਲੇ ਵਾਲਿਆਂ ਨੇ ਖੁਦ ਇਸ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਅੱਜ ਜਿਹੜੇ ਬੰਦੇ ਫੜੇ ਆ, ਅਸੀਂ ਇੱਥੇ ਹਰ ਐਤਵਾਰ ਦੀ ਐਤਵਾਰ ਜਿੰਨੇ ਆਰਮੀ ਦੇ ਮਿਲਟਰੀ ਦੇ ਬੰਦੇ ਇੱਥੇ ਜਗਾੜ ਲਾਉਣ ਆਉਂਦੇ, ਯਾਨੀ ਕਿ ਤੁਹਾਨੂੰ ਪਤਾ ਜਿਸ ਬਰੋਸ਼ੀ ਦਾ ਧੰਦਾ ਚੱਲਦਾ ਤੁਸੀਂ ਸਾਹਮਣੇ ਦੇਖ ਸਕਦੇ ਹੋ, ਇਸ ਕਰ ਸ਼ਰੇਆਮ ਕੰਮ ਚੱਲਦਾ, ਪਰ ਅਸੀਂ ਹੋਰ ਸਿਵਲੀਅਨ ਨੂੰ ਸਾਨੂੰ ਨਹੀਂ ਪਤਾ ਲੱਗਦਾ, ਜੋ ਸਾਨੂੰ ਕਿਸੇ ਆਰਮੀ ਬੰਦੇ ਪਤਾ ਲੱਗਦਾ ਅਸੀਂ ਪ੍ਰਸ਼ਾਸਨ ਤੋਂ ਹਟ ਕੇ ਅਸੀਂ ਆਪਦੇ ਵੱਲੋਂ ਕਾਰਵਾਈ ਕਰਦੇ ਹਾਂ, ਉਹਨਾਂ ਨੂੰ ਫੜਦੇ ਹਾਂ, ਸਮਝਾਉਂਦੇ ਹਾਂ, ਜਦੋਂ ਸਾਡੇ ਸਮਝਾਉਣ ਦੇ ਬਾਵਜੂਦ ਨਹੀਂ ਹਟੇ ਤਾਂ ਹਾਰ ਕੇ ਅਸੀਂ ਇਹਨਾਂ ਦੀ ਖਬਰ ਲਵਾਉਣ ਦਾ, ਜੋ ਵੀ ਤੁਹਾਨੂੰ ਸਾਨੂੰ ਪਤਾ ਹੀ ਆ, ਇਸ ਕਰਕੇ ਅਸੀਂ ਆਹ ਆਪਣਾ ਨਿਯਮ ਅਪਣਾਇਆ ਤਾਂ ਜੋ ਸਾਰਿਆਂ ਨੂੰ ਪਤਾ ਲੱਗੇ ਵਿੱਚ ਕੀ ਚੱਲਦਾ ਆ। ਜਵਾਨਾਂ ਦੀ ਪਿਟਾਈ ਦੀ ਸੂਚਨਾ ਮਿਲਣ ਤੇ ਥਾਣਾ ਪ੍ਰਭਾਰੀ ਸੰਦੀਪ ਸਿੰਘ ਮੌਕੇ ਤੇ ਪੁੱਜੇ ਤੇ ਅੱਡੇ ਦੇ ਸੰਚਾਲਕ ਤੇ 4 ਫੌਜੀ ਜਵਾਨਾਂ ਨੂੰ ਫੜ ਕੇ ਥਾਣੇ ਲੈ ਗਏ, ਜਦਕਿ 3 ਸਾਥੀ ਭੱਜਣ ਚ ਸਫਲ ਹੋ ਗਏ। ਸੰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਅੱਡੇ ਤੇ ਜਵਾਨਾਂ ਤੇ ਕਾਰਵਾਈ ਕਰੇਗਾ। ਅਸੀਂ ਇੱਥੇ 4 ਜਿਹੜੇ ਆਰਮੀ ਦੇ ਬੰਦੇ ਕਾਬੂ ਕੀਤੇ, ਜਿਹੜੇ ਸਿਵਲ ਦੇ ਵਿੱਚ ਸੀਗੇ, ਬਾਕੀ ਪੜਤਾਲ ਕਰ ਰਹੇ ਵੀ ਕੀ ਮਾਮਲਾ ਹੈ। ਜਿਹੜੀ ਉਹ ਘਰ ਦੀ ਮਾਲਕ ਆ ਲੇਡੀ ਨੂੰ ਅਸੀਂ ਲਿਜਾ ਰਹੇ ਹਾਂ, ਪੁੱਛਗਿੱਛ ਕਰਦੇ ਹਾਂ, ਜਿਸ ਤਰ੍ਹਾਂ ਇਸ ਤਰ੍ਹਾਂ ਕਾਰਵਾਈ ਅਮਲ ਚ ਆਉਂਦੀ ਜਾਵੇ। ਸੇਨਾ ਦੇ ਜਵਾਨਾਂ ਦੀ ਇਸ ਕਰਤੂਤ ਦੇ ਬਾਰੇ ਪੁਲਿਸ ਨੇ ਇਸ ਦੀ ਯੂਨਿਟ ਨੂੰ ਵੀ ਸੂਚਿਤ ਕਰ ਦਿੱਤਾ ਹੈ। ਇਹ ਘਟਨਾ ਪੂਰੇ ਪੁਲਿਸ ਥਾਣੇ ਦਾ ਘਿਰਾਓ ਕੀਤਾ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਸੀ ਕਿ ਪੁਲਿਸ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ। ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਗਾਇਆ ਕਿ ਕੁਲਵੰਤ ਦੀ ਹੱਤਿਆ ਦੇ 4 ਦਿਨ ਬਾਅਦ ਵੀ ਪੁਲਿਸ ਨੇ ਮਾਮਲਾ ਤੱਕ ਦਰਜ ਨਹੀਂ ਕੀਤਾ, ਜਿਸ ਤੇ ਆਮ ਜਨਤਾ ਨੂੰ ਸੜਕ ਤੇ ਉਤਰਨਾ ਪਿਆ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਇਸ ਮਾਮਲੇ ਵਿੱਚ
ਇਨਸਾਫ਼ ਦਿਵਾਉਣ ਦਾ ਭਰੋਸਾ ਦਿਵਾਇਆ ਅਤੇ ਕੁਲਵੰਤ ਦੀ ਹੱਤਿਆ ਦੇ ਇਲਜ਼ਾਮ ਵਿਚ ਚਾਰ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਹੋਣ